ਪਟੈਂਟਾ ਦੇ ਬਲਰਾਮ ਨਗਰ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਉੱਥੋਂ ਦੇ ਇੱਕ ਸਵੀਟ ਹਾਊਸ 'ਚ 16 ਸਾਲ ਦੇ ਨੌਜਵਾਨ ਦੀ ਲਾਸ਼ ਬਿਸਤਰੇ ਉੱਤੇ ਪਈ ਮਿਲੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਜੀ ਸਾਨੂੰ ਸਵੇਰੇ ਜਾਣਕਾਰੀ ਮਿਲੀ ਹੈ ਕਿ ਇੱਥੇ ਬੱਲਾਰਾਮ ਨਗਰ ਦੇ ਵਿੱਚ ਇੱਕ ਸਵੀਟ ਸ਼ਾਪ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਲਗਭਗ 16 ਸਾਲ ਦਾ ਲੜਕਾ ਹੈ ਇਹ ਤੇ ਇਹਦੇ ਫਾਦਰ ਜੋ ਇਹਦੀ ਦਾਦੀ ਨੇ ਆ ਕੇ ਦੱਸਿਆ ਕਿ ਉਹ ਰਾਤ ਕਿਸੇ ਕੀਰਤਨ ਤੇ ਗਈ ਹੋਈ ਸੀ ਬਾਹਰ ਉਹਨੇ ਸਵੇਰੇ ਆ ਕੇ ਦੇਖਿਆ ਤਾਂ ਉਹਦੇ ਪੋਤਰੇ ਦੀ ਇਥੇ ਲਾਸ਼ ਪਈ ਸੀਗੀ ਉਹਦੇ ਗਲੇ ਤੇ ਨਿਸ਼ਾਨ ਹੈਗਾ ਜੀ ਤੋਂ ਐ ਲੱਗਦਾ ਕਿ ਕਿਸੇ ਨੇ ਉਹਦਾ ਗਲ ਘੋਟ ਕੇ ਉਹਨੂੰ ਮਾਰਿਆ ਤੇ ਇਹਦਾ ਫਾਦਰ ਜਿਹੜਾ ਹੈਗਾ ਉਹ ਮਿਸਿੰਗ ਹੈ ਤੇ ਉਹ ਸਵੇਰੇ ਆਪਦੇ ਰਿਸ਼ਤੇਦਾਰਾਂ ਦੇ ਘਰੇ ਗਿਆ ਤੇ ਉਹ ਕਹਿੰਦਾ ਵੀ ਮੈਨੂੰ ਪੈਸਿਆਂ ਦੀ ਲੋੜ ਹੈ ਤੇ ਪੈਸੇ ਲੈ ਕੇ ਉਹ ਚਲਾ ਗਿਆ ਜੀ ਤੋਂ ਲੱਗਦਾ ਕਿ ਸ਼ਾਇਦ ਇਹ ਕੰਮ ਜਿਹੜਾ ਹੈਗਾ ਇਹ ਲੜਕੇ ਦੇ ਫਾਦਰ ਨੇ ਕੀਤਾ ਤੇ ਵੈਸੇ ਵੀ ਹਜੇ ਮੁਰਲੀ ਤਫਸੀਲ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਉਹ ਡਿਪਰੈਸ਼ਨ ਦਾ ਮਰੀਜ਼ ਸੀਗਾ